ਵੈਲਕਮ ਦੋਸਤੋ ਮੈਂ ਤਰੁਣ ਰਾਜਪੂਤ ਆਪ ਦੇ ਆਪਣੇ ਚੈਨਲ ਵਿੱਚ ਤੁਹਾਡਾ ਵੈਲਕਮ ਕਰਦਾ ਹਾਂ ਸੋ ਗਾਇਜ਼ ਮੈਂ ਇੱਥੇ ਅੱਜ ਗੱਲ ਕਰਨ ਜਾ ਰਿਹਾ ਹਾਂ ਪੰਜਾਬੀ 뮤직 ਗਾਇਕ ਗਿੱਪੀ ਗਰੇਵਾਲ ਦੀ ਇੱਕ ਮੂਵੀ ਆ ਰਹੀ ਹੈ ਜੀ ਵਾਰਨਿੰਗ 2 ਜੋ ਕਿ 2 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ 2 ਫਰਵਰੀ ਨੂੰ ਸੋ ਉਹਦਾ ਫਰਸਟ Song ਦੋਸਤੋ ਅੱਜ ਰਿਲੀਜ਼ ਕੀਤਾ ਗਿਆ ਜਾਨਕੀ ਇਕੱਲੇ ਹੋਇਆ ਸੀ ਅੱਜ ਕਹਿਤਾ ਜਿਹਦਾ ਨਾਮ ਹੈ ਜੀ ਚੰਨ ਜਿਹਨੂੰ ਗਾਇਆ ਜੀ ਹੈਪੀ ਰਾਏ ਕੋਟੀ ਨੇ ਸੋ ਉਹ ਭਾਈ ਗਾਣਾ ਦੇਖਿਆ ਤੇ ਸੁਣਿਆ ਤੇ ਮੈਂ ਉਹਦੇ ਬਾਰੇ ਹੀ ਦੱਸਣ ਵਾਲਾ ਆ ਕਿ ਗਿੱਪੀ ਗਰੇਵਾਲ ਤੇ ਜੈਸਮਿਨ ਪਸੀਨ ਦਾ ਇਹ Song ਵੀਡੀਓ ਮੈਨੂੰ ਕਿਹੋ ਜਿਹਾ ਲੱਗੇ ਸੋ ਉਸ ਤੋਂ ਪਹਿਲਾਂ ਮੈਂ ਦੱਸਾਂ ਦੋਸਤੋ ਜੋ ਇੱਕ ਗਾਣਾ ਆਇਆ ਨਾ ਉਹ ਆਇਆ ਦੋਸਤੋ ਸਿਰਫ ਸਾਰੇ ਗਾਮਾ ਪਾਪ 뮤직 ਪੰਜਾਬੀ 뮤직 ਤੇ ਸੋ ਇਹਦੇ ਜੋ ਲਿਰਿਕਸ ਲਿਖੇ ਗਏ ਨੇ ਉਹ ਵੀ ਦੋਸਤੋ ਹੈਪੀ ਰਾਏ ਕੋਟੀ ਵੱਲੋਂ ਹੀ ਲਿਖੇ ਗਏ ਨੇ ਤੇ ਗਾਇਆ ਵੀ ਹੈਪੀ ਰਾਏ ਕੋਟੀ ਵੱਲੋਂ ਗਾਇਆ ਆ ਸੋ ਆਰਟਿਸਟ ਜੋ ਹੈਪੀ ਰਾਏ ਕੋਟੀ ਆ ਐਂਡ ਬਾਕੀ ਜੋ ਇਹ ਵੀਡੀਓ ਵਿੱਚ ਤੁਹਾਨੂੰ ਦੇਖਣ ਨੂੰ ਮਿਲੂ ਗੀਪੀ ਗਰਵਾਲ ਤੇ ਜੈਸਮਿਨ ਪਸੀ। ਸੋ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਜੀ ਇਹ ਗਾਣਾ ਜੋ ਗਾਇਆ ਨਾ ਇੱਕ ਨੰਬਰ ਗਾਇਆ ਜੀ ਸਿੰਗਰ ਨੇ ਸੋ ਬਹੁਤ ਹੀ ਪਿਆਰੀ ਵਵਾਜ ਬਹੁਤ ਹੀ ਪਿਆਰਾ Song ਸੋ ਗਾਣੇ ਰਿਲੀਜ਼ ਹੁੰਦੇ 4 ਮਿਲੀਅਨ ਤੋਂ ਉੱਤੇ ਜਾਣ ਕੇ ਕ੍ਰਾਸ ਕਰ ਚੁੱਕਾ ਹੈ ਇਹ ਤੇ ਗਾਇਸ ਜੈਸਮਿਨ ਪਸੀ ਦੀ ਯਾਰ ਮੈਂ ਕੀ ਤਾਰੀਫ ਕਰਾਂ ਯਾ ਉਹਨਾਂ ਦੀ ਸਾਦਗੀ ਕਿਹੋ ਜੀ ਸਾਦਗੀ ਹੈ ਨਾ ਜੋ ਦਿਲ ਨੂੰ چیر ਦਿੰਦੀ ਹੈ ਦਿਲ ਨੂੰ ਜਿੱਤ ਲੈਂਦੀ ਹੈ ਯਾਰ ਬਹੁਤ ਹੀ ਇੱਕ ਮਾਸੂਮੀਤ ਹੈ ਚਿਹਰਾ ਇੱਕ ਇਹਨਾਂ ਨੂੰ ਆਪਾਂ ਹਨੀਮੂਨ ਮੂਵੀ ਵਿੱਚ ਵੀ ਪਹਿਲਾਂ ਦੇਖਿਆ ਸੀ ਸੋ ਗਾਣਿਆਂ ਵਿੱਚ ਵੀ ਬਹੁਤ ਵਧੀਆ ਲੱਗਦੀ ਹੈ ਯਾਰ ਇੱਕ ਗੁਲਸ਼ਰ ਕੁਮਾਰ ਦੀ ਸੀਰੀਜ਼ ਵਿੱਚ ਜਦੋਂ ਗਾਣੇ ਆਉਂਦੇ بارش ਤੇ ਉਸ ਵਿੱਚ ਵੀ ਇਹ ਕੁੜੀ ਇੰਨਾ ਵਧੀਆ ਕੰਮ ਕਰਦੀ ਹੈ ਇੰਨਾ ਸੋਹਣੀ ਲੱਗਦੀ ਹੈ ਯਾਰ ਮੈਂ ਕਹਿੰਦਾ ਆਪਾਂ ਨਜ਼ਰਾਂ ਇਤੋਂ ਹਟਾਈ ਨਹੀਂ ਸਕਦੇ ਬਹੁਤ ਹੀ ਪਿਆਰੀ ਯਾਰ ਇਹ ਕੁੜੀ ਲੱਗਦੀ ਸੱਚੀ ਮੇਰੇ ਲਈ ਤਾਂ ਇਹ ਇੱਕ ਫੇਵਰਟ ਹੋ ਗਈ ਹੈ ਆਰਟਿਸਟ ਜੋ ਹੈਗੀ ਹੈ ਐਕਟਰਸ ਐਂਡ ਗਾਇਜ਼ ਇਹ ਵਰਨਿੰਗ ਮੂਵੀ ਦਾ ਗਾਣਾ ਬਹੁਤ ਹੀ ਲਾਜਵਾ ਬਹੁਤ ਹੀ ਸੋਹਣਾ ਬਹੁਤ ਹੀ ਮਾਸੂਮੀਤ ਨਾਲ ਭਰਿਆ ਹੋਇਆ song ਆ so ਇੱਕ ਵਾਰ ਦੇਖਣਾ ਤਾਂ ਜਰੂਰ ਬਣਦਾ ਮੈਂ ਡਿਸਕ੍ਰਿਪਸ਼ਨ 'ਚ ਇਹਦਾ ਲਿੰਕ ਸੈਂਡ ਕਰ ਦੂੰਗਾ ਤੁਹਾਨੂੰ ਜੇ ਬਟ ਮੈਂ ਇਹ ਤੇ ਰਿਐਕਸ਼ਨ ਕਰਦਾ ਕਾਪੀਰਾਈਟ ਬਲੌਕ ਹੋ ਜਾਣੀ ਸੀ ਵੀਡੀਓ ਤੇ ਇਸ ਲਈ ਮੈਂ ਸਿੱਧਾ ਆਪਣਾ ਰਿਵਿਊ ਮੈਂ ਤੁਹਾਡੇ ਸਾਹਮਣੇ ਤੱਕ ਲੈ ਕੇ ਆਇਆ ਬਟ ਫੇਰ ਵੀ ਦੋਸਤੋ ਮੈਂ 5 ਵਿੱਚੋਂ ਇਸ ਗਾਣੇ ਨੂੰ 5 ਆਊਟ ਆਫ 5 ਸਟਾਰ ਦੇਣਾ ਚਾਹੂਗਾ ਮੈਨੂੰ ਕਿਤਨਾ ਕਿਤ ਲੱਗਦਾ ਯਾਰ ਇਹ ਮੂਵੀ ਬਹੁਤ ਵੱਡੀ ਇੱਕ ਬਲੌਕਬਸਟਰ ਹਿਟ ਮੂਵੀ ਹੋਗੀ ਜਿਹੜੇ ਸਾਡੇ ਪੰਜਾਬ ਦੇ ਲੋਕ ਇਹ ਜਰੂਰ ਪਸੰਦ ਕਰਨਗੇ ਸੋ ਥੈਂਕ ਯੂ ਦੋਸਤੋ ਮੇਨਾ ਬਣੇ ਰਹਿਣ ਲਈ ਬਾ ਬਾਏ